जींदा रह फरीदा मैं आना तू दो हाथ मारे सुकून आ गई। आहो ताया ओ मियां मोहम्मद बख्श दा शेर सुनया ही हो? आहो मैं सुनया ही। आ फिर सुन ला एक बारी। ओ नीचा दी अशनाई कोलो फैज किसे ना पाया, ओ किकर ते अंगूर चढ़ाया, किकर ते अंगूर चढ़ाया, हर गुच्छा जख्माया, किकर ते अंगूर चढ़ाया, ते वीर वीरां दे दर्दी होंदे, वीर वीरां दियां बावां, प्यो सिर दा ए ताज मुहम्मद, मावां ठंडियां छावां, प्यो सिर दा ए ताज मुहम्मद। जी ओ फरीदा गुलाम मैं आना फरीदा रूह खुश करती। ताया बड़ी गल है। जम फरीदा ठहर जा अज ऐ देख पसीने दा की हाल होए आ फरीदा दे। मैं आना वेख मुड़के आउण डए ये। ताया कलाम दी मार भी वग जांदी हुंदी है मैं तैनूं दसदा। हाय फरीदा की गल आ। ताया बस अज दिल एवें भरिया जिहा यार। ਕੀ ਹੋਇਆ ਡੇਲਿਆ ਤੇਰਾ ਘੜਾਇਆ ਭਰਿਆ ਆ? ਉਹ ਤਾਇਆ ਪਤਾ ਨਹੀਂ ਕਿਉਂ ਯਾਰ ਮਿੱਠਾ ਵੇਖ ਤੂੰ ਨਿੱਕੀ ਜਿਹੀ ਗੱਲ ਤੋਂ ਲੜ ਕੇ ਗਿਆ ਉਦੋਂ ਦਾ ਆਇਆ ਹੀ ਨਹੀਂ ਯਾਰ। ਉਹ ਨਹੀਂ ਮੇਰੀ ਹੋ ਗਈ ਸੀ ਗੱਲ। ਅੱਛਾ ਹਾਂ ਕਹਿੰਦਾ ਤਾਇਆ ਆਊਂਗਾ ਅੱਜ ਮੈਂ ਥੋੜ੍ਹਾ ਲੇਟ ਹਾਂ। ਹਾਂ ਲੇਕਿਨ ਉਹ ਥੋੜ੍ਹਾ ਪਰੇਸ਼ਾਨ ਲੱਗਦਾ ਸੀ ਮੈਨੂੰ। ਹਾਂ ਅੱਲਾ ਖੈਰ ਕਰੇ ਆਊਗਾ ਤਾਂ ਫਿਰ ਦੱਸੂਗਾ ਵੀ ਪੁੱਛਦੇ ਉਹਨੂੰ ਵੀ ਮਿੱਠਿਆ ਕੀ ਕਰਿਆ। ਤਾਇਆ ਤੂੰ ਵੀ ਤਾਂ ਇੰਜ ਧੱਫੇ ਮਾਰਨਾ ਵਾ ਤੂੰ ਉਹਨੂੰ ਤਿੰਨ ਪੁੜੇ ਵਾਲਾ ਸਮਝਦਾ ਮਿੱਠੇ ਨੂੰ ਤੂੰ। ਉਹ ਪੋਤਿਆ ਆਪਣਾ ਪੋਤਿਆ ਆਪਣਾ। ਅੱਛਾ ਉੱਥੋਂ ਵੀ ਪੋਤੀ ਸੀ? ਸਿਰ ਤੋਂ ਲਾ ਦੇ ਪਰਨਾ ਜਾ ਕਿ ਫੋੜੇ ਟੱਕੇ ਆ ਤੂੰ ਲੁੱਟਾਇਆ ਵੈਸੀ। ਤੂੰ ਹੀ ਨੀ ਸਮਝਦੇ ਆ ਸਿਆਣੇ ਦੀ ਇੱਜ਼ਤ ਹੁੰਦੀ ਆ ਇਹ ਜਿਹੜੀ ਆ। ਸਹੀ ਗੱਲ ਆ ਬਠੰਗੇ ਜਾਂ ਪਣਾਏ ਕੀ ਆ ਇਹ? ਉਹ ਤਾਇਆ ਪਫ ਨਾ ਖਰਾਬ ਕਰ ਮੇਰਾ। ਖਰਾਬ ਨਾ ਕਰ ਆ ਦੇ ਘੁੱਟਣ ਡਿਆ ਤਾਇਆ ਘੁੱਟਣ ਡਿਆ ਵਾ। ਫਰੀਦਾ ਤੂੰ ਮੈਨੂੰ ਲੱਗਦਾ ਮੇਰੀ ਅੱਡੀ ਨਾ ਟੋਇਆ ਕੱਢ ਛੱਡਣਾ ਸੀ ਤੂੰ ਜਿੱਦਾਂ ਘੜੱਪ ਘੜੱਪ ਲਾਉਣ ਡਿਆ ਸੀ ਥੱਲੇ। ਤਾਇਆ ਮੈਨੂੰ ਨਾ ਇੱਕ ਗੱਲ ਦੱਸ ਦੇ। ਹਾਂ ਆ ਜਿਹੜਾ ਤੂੰ ਸੁਬਾ ਸ਼ਾਮ ਲੋਕਾਂ ਨੂੰ ਦੱਸਣਾ ਫਿਰਨਾ ਨਾ ਮੇਰੀਆਂ ਬਹਾਦਰੀਆਂ ਦੇ ਕਿਸੇ ਬਹਾਰੀਆਂ ਬਹਾਦਰੀਆਂ ਦੇ ਕਿਸੇ ਇਹ ਸਾਰੇ ਸਾਨੂੰ ਪਤਾ ਵਾ ਸਭ ਝੂਠ ਆ ਡਰਾਮੇ ਹੈਗੇ ਆ। ਤੈਨੂੰ ਕੌਣ ਆਂਦਾ ਝੂਠ ਆ? ਤਾਇਆ ਉਹ ਜਿਹੜਾ ਨਹੀਂ ਉਹ ਪਿਛਲੀ ਗਲੀ ਦੀ ਸੀਮਾ। ਆਹੋ ਸੀਮਾ ਕਹਿੰਦਾ ਤਾਏ ਦੀ ਅਸੀਂ ਕਈ ਵਾਰੀ ਅਸੀਂ ਬਿਸਤੀ ਕੀਤੀ ਪਿੰਡ ਦੇ ਵਿੱਚ। ਓਏ ਉਹ ਵੀ ਪੋਤਿਆ ਆਪਣਾ ਜਗ੍ਹਾ ਜਗ੍ਹਾ ਔਲਾਦ ਖਿਲਾਰੀ ਹੈ ਤਾਇਆ ਤੂੰ ਵੈਸੇ ਉਹਦਾ। ਓਏ ਤੁਸੀਂ ਵੇਖੋ ਜਿਹੜਾ ਜਿੰਨੇ ਪੂੰਗ ਆ ਪੋਤੇ ਆਪਣੇ। ਆਹੋ ਪੂੰਗ ਪੂੰਗ ਤੇਰਾ ਨਾਮ ਪੁਕਾਰੇ ਹੈ। ਓ ਤੂੰ ਕਿੱਦਾਂ ਤੁਰ ਪਿਆ ਫਰੀਦਾ ਪੂੰਗ ਪੂੰਗ ਪਾਈ ਜਾਣ ਡਿਆ ਤੂੰ ਹਜ਼ਾ ਕਰ ਤੂੰ ਅਦੋ ਹੱਥ ਮਾਰ ਯਾਰਾ ਇੱਕ ਦੋ। ਓ ਇੰਜ ਕੁੱਟੁਰਿਆ ਇੰਜ ਕੁੱਟੀਦਾ ਹੁੰਦਾ ਹੀ ਐ ਕਿੰਜ ਐ ਤੁਸੀਂ ਵੇਖਣ ਡਿਆ ਜੀ ਐ ਕੁੱਟੀਦਾ ਹੀ ਐ। ਇਹ ਤੇ ਮੇਰੀ ਲੱਕੜ ਦੀ ਬਾਂਹ ਇੱਧਰ ਦੀ ਘੁੱਟ। ਹਾਂ ਲੱਕੜ ਦੀ ਆ ਤੇ ਤੁਸੀਂ ਤੇ ਲੱਕੜ ਦੀ ਲਵਾਈ ਹੈ ਚੱਲ ਦੋ ਹੱਥ ਮਾਰ। ਇੱਦਾਂ ਮਿੱਠਾ ਨਹੀਂ ਆਉਣ ਡਿਆ ਕੀ ਗੱਲ ਆ? ਮਿੱਠਾ ਵੀ ਕਮੇਟੀ ਲੈਣ ਹੀ ਗਿਆ ਹੁੰਦਾ ਹੋਣਾ। ਖੈਰ ਜੇ ਨਹੀਂ ਤਾ ਮੈਂ ਆਜੂੰਗਾ ਤੂੰ ਘਬਰਾ ਨਾ। ਓਏ ਆ ਜਾ ਮਿੱਠਿਆ ਓ ਚੁੱਪ ਕਰ ਤੂੰ ਮੇਰਾ ਪੁੜਪੜੀਆਂ ਦਰਦ ਕਰਨ ਲਾਤੀਆਂ। ਮਿੱਠਿਆ ਕੀ ਆ ਮਿੱਠਾ? ਮਿੱਠਿਆ ਮਿੱਠਾ ਯਾਰ ਆ ਸਾਡਾ ਯਾਰ ਆ ਮਿੱਠਾ ਤੇਰਾ। ਤੈਨੂੰ ਪਤਾ ਤਾਇਆ ਮਿੱਠੇ ਤੋਂ ਬਗੈਰ ਤੈਨੂੰ ਕਿਸੇ ਬੰਦੇ ਨੇ ਐਂ ਕਰਕੇ ਐਂ ਕਰਕੇ ਐਂ ਕਰਕੇ ਘੁੱਟਿਆ ਨਹੀਂ ਅੱਜ ਤੀਕ? ਬਸ ਮੈਂ ਵੀ ਬਹੁਤ ਚਾਵਾਂ ਪਿਆਈਆਂ ਉਹਨੂੰ। ਅੱਛਾ ਲੱਸੀ ਵੀ ਪਿਆਈ ਆ ਮੁਫਤ ਨਹੀਂ ਘੁੱਟਦਾ। ਮਿੱਠਾ ਮਿੱਠਾ ਕੀ ਆ ਮਿੱਠਾ? ਤੂੰ ਵੀ ਮਿੱਠਾ ਇੰਨਾ ਘਟਾਨਾ ਮਿੱਠੇ ਦੇ ਕੋਲੋਂ ਤੈਨੂੰ ਹੁਣ ਮਿੱਠਾ ਭੁੱਲ ਗਿਆ? ਚਾਵਾਂ ਪੀਂਦਾ ਹੀ ਮੇਰੇ ਕੋਲ ਉਹ ਲੱਸੀਆਂ ਪਲਾਉਣਾ ਉਹਨੂੰ ਮੈਂ। ਇਹ 5-star ਅੱਡਾ ਤੇਰਾ ਮਤਲਬ ਕਿ ਇੱਥੋਂ ਚਾਹ ਪੀ ਲਈ ਤੇ ਬਹੁਤ ਮਹਿੰਗੀ ਆ। ਮਿੱਠਾ ਮਿੱਠਾ ਅੱਜ ਦੇ ਦੌਰ 'ਚ ਕਿਹੜਾ ਫ੍ਰੀ ਘੁੱਟਦਾ? ਉਹ ਭਾਈ ਤੌਬਾ ਕਰ ਉਹ ਸ਼ੇਰ ਬੱਬਰ ਆ ਉਹਦੀ ਪੂਛ ਨਾ ਵੱਡੀ ਜਾਂਦੀ ਤੇ। ਫਰੀਦਾ ਮੈਨੂੰ ਦੱਸ ਅੱਜ ਕੋਈ ਮੁਫਤ ਘੁੱਟਦਾ ਹੀ? ਨਹੀਂ 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 ਆ ਮੈਂ ਹੀ ਆ ਸਿਰਫ ਲੱਗਾ ਤਾਇਆ ਉਦੋਂ ਦਾ। ਉਹ ਤੈਨੂੰ ਵੀ 10-20 ਦੇ ਦੇਵਾਂਗੇ ਤੂੰ ਬੋਲੀ ਜਾਣ ਡਿਆ। ਮੈਂ ਤੇਰੀਆਂ ਕਲਮਾਂ ਸੈੱਟ ਕੀਤੀਆਂ ਵੀ 10-20 ਦੇਣੇ ਇਦਾਂ ਦੀ ਗੱਲ ਨਹੀਂ ਕਰੀਦੀ ਹੁੰਦੀ। ਮਿੱਠਾ ਸਾਡਾ ਯਾਰ ਵਾ ਤੇਰਾ ਯਾਰ ਆ ਤੇ ਅਸੀਂ ਉਹਨੂੰ ਕੋਈ ਖਵਾਉਂਦੇ ਪਿਆਉਂਦੇ ਨਹੀਂ। ਉਹ ਤਾਇਆ ਇਦਾਂ ਦੀ ਗੱਲ ਨਹੀਂ ਕਰੀਦੀ ਬਾਂਸਾ ਨੂੰ ਵੀ ਕੰਨ ਹੁੰਦੇ ਹੀ। ਓਏ ਫਰੀਦਾ 24 ਦਾ ਸਾਈਕਲ ਲੈ ਗਿਆ ਕਹਿੰਦਾ ਤਾਇਆ ਮੈਂ ਗੇੜਾ ਕੱਢ ਕੇ ਆਇਆ ਹਾਲੇ ਤੱਕ ਨਹੀਂ ਮੁੜਨ ਡਿਆ। 24 ਦਾ ਨਹੀਂ ਸੀ 36 ਦਾ ਸੀ ਮੈਨੂੰ ਲੱਗਦਾ। ਮੈਨੂੰ ਤਾਂ ਲੱਗਣੀ ਚੋਰ ਡਿਆ ਹੀ। ਉਹ ਯਾਰ ਤਾਇਆ ਇਦਾਂ ਦੀ ਗੱਲ ਨਹੀਂ। ਉਹ ਹੈ ਹੀ ਚੋਰ ਆ ਮੈਂ ਤੈਨੂੰ ਕਹਿਣ ਡਿਆ। ਉਹ ਤਾਇਆ ਉਹਨੇ ਤੇਰੀ ਬੜੀ ਖਿਦਮਤ ਕੀਤੀ ਆ। ਓਏ ਉਹ ਤੋਰ ਬਣਾਉਣ ਡਿਆ ਹੀ। ਅੱਛਾ ਹਾਂ ਉਹ ਹੈ ਹੀ ਚੋਰ ਆ ਮੈਨੂੰ ਹੈ ਹੀ ਚੋਰ ਆ। ਉਹ ਤਾਇਆ ਕੰਦੋਲੇ ਮਿੱਠਾ ਵੇਖ ਲਈਦਾ ਹੁੰਦਾ ਸੋਚ ਲਈਦਾ ਕੁਛ। ਉਹ ਨਹੀਂ ਅਸੀਂ ਕੀ ਸੋਚਣਾ ਜਦੋਂ ਤਾਏ ਦੇ ਮੂੰਹੋਂ ਕੱਢਤੀ ਗੱਲ ਕੱਢਤੀ ਫੇ ਅਫਰੀਦਾ ਜਿਹੜਾ ਉੱਠ ਕੇ ਮੋਢਿਆਂ ਨੂੰ ਹੱਥ ਮਾਰ ਦਿਓ ਜਿਹੜਾ ਸ਼ਾਹਵਾ ਸ਼ਾਹਵਾ।
ਫਰੀਦਾ। ਹਾਂਜੀ। ਓਏ ਮਿੱਠਿਆ ਆ ਗਿਆ, ਓਏ ਆ ਗਿਆ ਮੇਰਾ ਪੁੱਤ ਮਿੱਠਾ ਆ ਗਿਆ ਈ, ਆ ਗਿਆ। ਮੈਂ ਨਾ ਮਿੱਠਾ ਦਿਲਦਾਸ ਹੋਇਆ ਈ, ਕਿੱਥੇ ਚੱਲ ਗਿਆ ਸੀ ਤੂੰ? ਮੈਂ ਉਦੋਂ ਦਾ ਫਰੀਦ ਨੂੰ ਮੈਂ ਕਿਹਾ ਕਿੱਥੇ ਮਿੱਠਾ ਚੱਲ ਗਿਆ, ਬੇਰੌਣਕੀਆਂ ਹੋਈਆਂ, ਪੂਰਾ ਇੱਥੇ ਆ ਮਿੱਠਿਆ। ਮੈਨੂੰ ਲੱਗਦਾ ਤਾਇਆ ਗਿਰਗਟ ਤੇਰਾ ਸ਼ਗਿਰਦ ਆ, ਜਿੱਡੀ ਛੇਤੀ ਤੂੰ ਰੰਗ ਬਦਲਿਆ। ਆ ਮਿੱਠਿਆ ਆਪਣੇ ਚੈਂਬਰ ਚ ਆ, ਓਏ ਆਪਣੀ ਮਸਨਤ ਤੇ ਤਸ਼ਰੀਫ ਲਿਆ ਜੀ। ਉਹ ਮਿੱਠਿਆ ਉਹ ਕਿੱਥੇ ਚੱਲ ਗਿਆ ਸੀ ਮਿੱਠਿਆ? ਸ਼ਾਵਾ ਸ਼ਾਵਾ ਫਰੀਦਾ। ਅੱਗੇ ਤਾਂ ਲੱਤ ਮੈਂ ਘੁੱਟਦਾ ਵਾ ਨਾ, ਹੁਣ ਮੈਂ ਇੰਨੀ ਲਾਉਣੀ ਆ, ਦੇਖੀ ਤੂੰ ਇਹਨੂੰ ਫਰੇਮ ਕਰਾ ਕੇ ਨਾ ਆਪਣਾ ਉੱਪਰ ਰੱਖਣਾ ਸੇਫ ਤੇ। ਕਿਹੜੀਆਂ ਮੈਂ ਚਾਹਵਾਂ ਪੀਲੀਆਂ, ਕਿਹੜੀ ਮੈਂ ਲੱਸੀ ਤੇਰੀ ਪੀਲੀ, ਤੇ ਕਿਹੜਾ ਮੈਂ ਤੇਰਾ ਸਾਈਕਲ ਲੈ ਗਿਆ 24 ਦਾ? ਉਹ ਕੌਣ ਆਂਦਾ ਇਹ 24 ਦਾ ਸਾਈਕਲ? ਹੁਣ ਤੂੰ ਕਹਿਣ ਡਿਆ ਸੀ। ਮੈਂ ਕਦੋਂ ਕਿਹਾ ਤੂੰ ਫਰੀ ਤਾਂ ਇਹਨਾਂ ਨੀ ਕਿਹਾ ਫਰੀ ਤਾਂ ਇਹਨੇ 24 ਦਾ ਸਾਈਕਲ, ਤੂੰ ਆਖਿਆ ਸੀ, ਮੈਂ ਕਦੋਂ ਕਿਹਾ ਸੀ? ਓਏ ਮੈਂ ਪਿੱਛੇ ਖਲੋ ਕੇ ਸੁਣਿਆ ਤੂੰ ਆਪ ਕਹਿੰਦਾ ਮੇਰਾ 24 ਦਾ ਸਾਈਕਲ ਹੈਗਾ, ਚੋਰ ਜਿਹਾ ਮਿੱਠਾ ਖਾਊਗਾ। ਓਏ ਮੈਂ ਉਹਨੂੰ ਕਹਿੰਦਾ ਸੀ ਚੋਰ ਆ, ਹਾਲਾਤ ਨੀ ਠੀਕ ਹੈਗੇ, ਚੋਰ ਬਹੁਤ ਫਿਰਦੇ ਆ। ਮਿੱਠਾ ਤੇ ਪੋਤਿਆ ਆਪਣਾ ਫਰੀਦਾ, ਮੈਂ ਤੈਨੂੰ ਆਖਿਆ ਨੀ ਸੀ ਪੋਤਿਆ? ਤਾਇਆ ਨਾ ਤੂੰ ਆਪਣੀ ਕਵਰੇ ਪੈਣਾ ਤੇ ਨਾ ਤੈਨੂੰ ਕਿਸੇ ਨੇ ਹੋਰ ਨੇ ਪੈਣ ਦੇਣਾ। ਮਸਲਾ ਇਹ ਵਾ ਵੀ ਜਿਹੜੀ ਗੱਲ ਤੂੰ ਗਲਤ ਕੀਤੀ ਉਹ ਗਲਤ ਵਾ। ਕੀ ਆਖਿਆ ਮੈਂ? ਤੂੰ ਕਿਹਾ 24 ਦਾ ਸਾਈਕਲ ਲੈ ਗਿਆ, 24 ਦਾ ਸਾਈਕਲ ਲੈ ਕੇ ਜਾਣ ਵਾਲਾ ਹੈ ਹੀ ਨਹੀਂ ਵਿਚਾਰਾ, ਉਹ ਤਾਂ ਛੋਟੀ ਸਾਈਕਲ ਵੀ ਕੈਂਚੀ ਚਲਾਉਂਦਾ ਵਾ। ਤਾਇਆ ਨਾਲੇ ਤੂੰ ਇਹਨਾਂ ਹਰਕਤਾਂ ਤੋਂ ਧੀਆਂ ਪੁੱਤਾਂ ਨੂੰ ਤੈਨੂੰ ਬਾਹਰ ਕੱਢਿਆ, ਘਰੋਂ ਛਿੱਤਰਖਾਨਾ ਤੋਂ, ਘਰ ਵੀ ਚੁਗਲੀਆਂ ਕਰਦਾ, ਪੁੱਤਾਂ ਦੇ ਖਾਈਆਂ ਨੇ ਤੇ ਉਹਨੇ ਚੁਗਲੀਆਂ ਕਰਦਾ, ਕੋਈ ਬੰਦਾ ਆਉਂਦਾ ਵਾ ਪਰੇਸ਼ਾਨ ਹੋ ਰਿਹਾ, ਕੋਈ ਪਰਿਪੋਚਾ ਲੈ ਕੀ ਹੋਇਆ ਕੀ ਹੈ? ਉਹ ਤੈਨੂੰ ਆ ਗੱਲਾਂ ਕਿਹੜੇ ਦੱਸੀਆਂ ਏ? ਤੂੰ ਆਪ ਆ ਤੂੰ ਕਹਿਆ ਨੀ ਹੁਣ ਸਾਰਾ ਕੁਛ? ਓ ਯਾਰ ਮਿੱਠਿਆ ਗੁੱਸਾ ਨਾ ਕਰ, ਆਪਣਾ ਬਰੇਡ ਚੁੱਕ, ਚੱਲ ਚੱਲ। ਓਏ ਮਿੱਠਿਆ ਤੂੰ ਪੋਤਿਆ ਆਪਣਾ, ਤੂੰ ਖਾਣਾ ਕੀ ਹੈ ਦੱਸ? ਚਿੱਟੇ ਆ ਗਏ ਤੇਰੇ ਸਾਡੇ ਕੋਲੋਂ ਕਟਵਾਉਂਦੇ ਆ, ਤੇਰੇ ਆਪਣੇ ਬੱਚੇ ਤੈਨੂੰ ਬੁਲਾ ਕੇ ਰਾਜੀ ਨਹੀਂ ਤੈਨੂੰ ਕੁੱਟੀ ਦਾ? ਮਿੱਠਿਆ ਤੂੰ ਹੀ ਤੇ ਪੋਤਿਆ ਮੇਰਾ, ਓਏ ਉਹ ਵੀ ਪੋਤੇ ਆ। ਉਹ ਜਾ ਮੈਂ ਨਹੀਂ ਪੁੱਤ ਬਣਦਾ ਲੈ, ਆ ਹੁਣ ਤੂੰ ਉਹਦੀਆਂ ਚੁਗਲੀਆਂ ਕਰਨੇ, ਮੈਂ ਤੈਨੂੰ ਦੱਸਣ ਮਿੱਟਿਆ ਤੇਰੇ ਸਿਰ ਤੇ ਸਿਕਿਉਰਿਟੀ ਮਿੱਠਾ ਲੱਗਾ ਵਾ, ਤੇ ਤੂੰ ਫੇਰ ਗੱਲਾਂ ਕਰੀ ਜਾਣ, ਤੂੰ ਮੇਰੇ ਬਾਰੇ 'ਚ ਵੀ ਇੱਦਾਂ ਕਹਿੰਦਾ ਹੋਣਾ? ਲੈ ਵੀ ਮਿੱਠਿਆ ਸਹੀ ਦੱਸਣਾ ਹੀ, ਮੈਂ ਕਦੀ ਇਹਦੇ ਖਿਲਾਫ਼ ਕੋਈ ਗੱਲ ਕੀਤੀ? ਸਹੀ ਦੱਸਾਂ ਫਿਰ? ਗਰਮੀ ਸਰਦੀ ਨਾ ਕਰਿਆ ਕਰੋ, ਸੁਣਿਆ ਸਿਆਣੇ ਦੀ ਗੱਲ ਸੁਣ। ਅਗਲਾ ਬੰਦਾ ਪਰੇਸ਼ਾਨ ਹੁੰਦਾ, ਕੋਈ ਘਰੋਂ ਟੈਨਸ਼ਨ ਹੁੰਦੀ ਆ, ਅਸੀਂ ਆਈ ਦਾ ਤਾਏ ਕੋਈ ਯਾਰ ਦੁੱਖ ਸੁੱਖ ਫੋਲਣਗੇ ਯਾਰ, ਕੋਈ ਚਲੋ ਬੰਦਾ ਟੈਨਸ਼ਨ ਫ੍ਰੀ ਹੁੰਦਾ, ਕੋਈ ਟੈਨਸ਼ਨਾਂ ਰਿਲੀਜ਼ ਹੁੰਦੀਆਂ, ਤਾਏ ਨੇ ਅੱਗੋਂ ਸਾਡੀਆਂ ਚੁਗਲੀਆਂ ਸ਼ੁਰੂ ਕਰ ਦਿੰਦਾ ਯਾਰ। ਉਹ ਮਿੱਠਿਆ ਤੂੰ ਪੋਤਿਆ ਆਪਣਾ ਕੀ ਤੈਨੂੰ ਟੈਨਸ਼ਨ ਆ, ਮੈਨੂੰ ਦੱਸ, ਮੈਂ ਹਾਜ਼ਰ ਆ, ਤੂੰ ਪੋਤਿਆ ਆਪਣਾ ਦੱਸ ਖੁੱਲ ਕੇ ਤਾਏ ਨੂੰ ਦੱਸ। ਮੇਰਾ ਭਰਾ ਲੜ ਪਿਆ, ਉਹਨੂੰ ਪੁਲਿਸ ਵਾਲੇ ਚੁੱਕ ਕੇ ਲੈ ਗਏ ਯਾਰ, ਉਹਨਾਂ ਕੋਲ ਡਾਲਾ ਹੈ ਨਹੀਂ। ਦੇਖ ਲੈ ਯਾਰ ਉਹੀ ਗੱਲਾਂ ਫਿਰ ਆਇਆ, ਉਹਨਾਂ ਕਿਹੜਾ ਕੋਈ ਏਦਾਂ ਦੇਗਾਂ ਤਰ੍ਹਾਂ ਚੁੱਕ ਕੇ ਲੈ ਕੇ ਗਏ ਆ, ਡਾਲੇ 'ਚ ਪਾ ਕੇ ਲੈ ਕੇ ਗਏ ਆ। ਉਹ ਆਂਦਾ ਚੁੱਕ ਕੇ ਲੈ ਗਏ, ਤੂੰ ਨਾ ਡਾਲੇ 'ਚ ਪਾ ਕੇ ਲੈ ਗਏ। ਤਾਇਆ ਜਦੋਂ ਡਾਲੇ 'ਚ ਪਾ ਕੇ ਲੈ ਕੇ ਜਾਵਣ ਨਾ, ਪੁਲਿਸ ਵਾਲੇ ਉਹਨੂੰ ਚੁੱਕ ਕੇ ਲੈ ਕੇ ਜਾਂਦੇ ਆ। ਅੱਛਾ ਅੱਛਾ, ਚੁੱਕ ਕੇ ਲਗਾਏ ਤੇ ਤੂੰ ਕਾਹਤੋਂ ਐਵੇਂ ਪਰੇਸ਼ਾਨ ਹੋਇਆ? ਤਾਇਆ ਅਫਸਰ ਨੂੰ ਲੈ ਗਿਆ ਚੁੱਕ ਕੇ ਯਾਰ, ਭਰਾ ਤੇਰੇ ਨੂੰ। ਆਹੋ ਹੋਰ ਮੈਂ ਗੱਲ ਪੂਰੀ ਸੁਣ ਯਾਰ। ਚੱਲ ਚੱਲ ਕਰ, ਕੋਈ ਗੱਲ ਨਹੀਂ ਤਾਇਆ ਜੀ। ਅੱਛਾ ਅਫਸਰ ਬੜਾ ਸਖਤ ਹੋ ਕਹਿੰਦਾ ਭਾਈ ਅਸੀਂ ਛੱਡਣਾ ਨਹੀਂ ਆਇਆ। ਥਾਣਾ ਕਿਹੜਾ ਮਿੱਠਿਆ? ਥਾਣਾ ਹੈਗਾ ਬਟਾਲਾ ਕਲੋਨੀ। HSO ਕੌਣ ਆ ਉੱਥੇ ਦਾ? ਉਹ ਮੈਨੂੰ ਦੱਸ HSO ਕੌਣ ਆ ਉੱਥੇ ਦਾ? ਇਹ ਕੋਈ ਇਹਨੇ ਫੈਸਲਾ ਕਰਾਉਣਾ ਸਾਡਾ, ਇਹਨੇ ਛਡਾਉਣਾ। ਇਹ ਕੋਈ ਉਹਦਾ ਵਾ ਜਾਂ ਦਵਾਈ ਦਾ ਨਾਮ ਆ HSO? ਕੋਈ ਫਰੀਦਾ ਲੰਬਰ ਘੁਮਾ ਦੇ, HSO ਹੁਣੇ ਯੈਸ ਕਰੂਗਾ। ਓ ਯਾਰ ਤਾਇਆ ਜੀ ਆ ਵੇਖੋ, HSO ਨਹੀਂ SHO। ਚੌਧਰੀ ਫੈਸਲ ਘੁੰਮਣ ਪਾਈ, ਉਹ ਕਹਿੰਦਾ ਅਸੀਂ ਨੀ ਛੱਡਣਾ ਤੇਰੇ ਭਰਾ ਨੂੰ। ਉਹ ਆਂਦਾ ਮੈਂ ਨੀ ਛੱਡਣਾ। ਘਰ ਚ ਬੜੀ ਪਰੇਸ਼ਾਨੀ ਬਣੀ, ਤਾਇਆ ਪੈਸਾ ਕੋਲ ਕੋਈ ਨੀ ਆ, ਉਹਦੀ ਜ਼ਮਾਨਤ ਨੂੰ ਕਿੱਦਾਂ ਕਰਾਉਣੀ? ਉਹਨੇ ਇਹੀ ਕਿਹਾ ਮੈਂ ਨੀ ਛੱਡਣਾ। ਤੂੰ ਨਾ ਕੀ ਦੱਸਿਆ HSO ਦਾ? ਫੈਸਲ ਘੁੰਮਣ। ਘੁੰਮਣ ਉਹ ਪਹਿਲੇ ਤਾਂ ਉੱਥੇ ਸ਼ਪੀਕ ਸੀਗਾ ਯਾਰ। ਤਾਇਆ ਜਿਹੜਾ ਵੀ ਸੀ, ਹੁਣ ਤੂੰ ਉਹਦਾ ਫੈਸਲਾ ਕਰਵਾ, ਮਸਲਾ ਹੱਲ ਕਰਵਾ। ਪਰ ਝੂਠ ਕਾਹਲੀ ਬੋਲਣ ਡਿਆ ਮਿੱਠਿਆ? ਮੈਂ ਦੱਸਣਾ ਤੈਨੂੰ, ਫਰੀਦਾ ਉੱਥੇ ਸ਼ਪੀਕ ਸੀ ਪਹਿਲੇ, ਮਲਕ ਸ਼ਪੀਕ ਚੌਧਰੀ। ਆਹੋ ਉਹਨੇ ਕਿਹਾ ਮੈਂ ਤੇਰਾ ਆਉਂਦਾ ਵਾ ਵਾਸ਼ਰੂਮ 'ਚ, ਹੋ ਗਿਆ ਉਹਨੇ ਵਧਾ ਦਿੱਤਾ ਫੈਸਲ ਘੁੰਮਣ। ਉਹ ਨਹੀਂ ਯਾਰ ਗੱਲ ਸੁਣਦਾ, ਇਹ ਤੁਸੀਂ ਕਦੋਂ ਕਦੀ ਗੱਲ ਕਰ ਰਹੇ ਹੋ? ਹੋਇਆ ਇਹੀ ਕੋਈ 15-16 ਸਾਲ ਪਹਿਲੇ ਦੀ ਗੱਲ ਆ। ਲੈ ਲਾ ਉਹ ਤਾਇਆ ਜੀ, ਤਬਾਦਲੇ ਹੁੰਦੇ ਰਹਿੰਦੇ, SHO ਦੇ ਤਬਾਦਲੇ ਹੋ ਜਾਂਦੇ ਆ, ਇੰਸਪੈਕਟਰ ਦੇ ਤਬਾਦਲੇ ਹੋ ਜਾਂਦੇ ਆ। ਕੌਣ ਆ ਹੁਣ ਉੱਥੇ HSO? ਤਾਈ ਦੱਸਿਆ ਤੇ ਹੈ ਵਾ ਫੈਸਲ ਘੁੰਮਣ ਆ, ਫੈਸਲ ਘੁੰਮਣ ਆ। ਤੇ ਸ਼ਪੀਕ ਕਿੱਥੇ ਆ? ਓਏ ਉਹ ਕਰਾਚੀ ਚਲਾ ਗਿਆ ਜੀ। ਅੱਛਾ ਮੈਨੂੰ ਇਹ ਦੱਸ, ਮੈਨੂੰ ਤਾਂ ਦੱਸ ਕੇ ਨਹੀਂ ਗਿਆ ਉਹ। ਚਲੋ ਯਾਰ ਹੁਣ ਕਿਸੇ ਦਾ ਤਬਾਦਲਾ ਹੋਵੇ, ਟ੍ਰਾਂਸਫਰ ਹੋਵੇ, ਸਾਰੇ ਤੈਨੂੰ ਦੱਸ ਕੇ ਜਾਣਤਾ ਹੈ, ਤੂੰ ਵਜ਼ੀਰ ਵਾਂ ਕੋਈ? ਤੇਰੇ ਕੋਲ ਟਿਊਸ਼ਨ ਪੜ੍ਹਦਾ ਸੀ ਕੀ? ਓਏ ਫਰੀਦਾ ਉਹਨੇ ਮੈਨੂੰ ਫੜਿਆ ਸੀ 15 ਸਾਲ ਪਹਿਲਾਂ, ਤੇ ਹੁਣ ਮੈਨੂੰ ਦੱਸ ਕੇ ਕਿਉਂ ਨਹੀਂ ਗਿਆ ਵੀ ਤਾਇਆ ਮੈਂ ਕਰਾਚੀ ਚੱਲਾਂ? ਜੇ ਤਾਈ ਤੁਹਾਨੂੰ ਕਿਉਂ ਦੱਸ ਕੇ ਜਾਵੇ? ਤੁਸੀਂ ਮਤਲਬ ਕੀ ਹੋ, ਜੱਜ ਹੋ ਤੁਸੀਂ, ਕੀ ਹੋ IG ਹੋ, ਕੀ ਹੋ? ਓ ਯਾਰ ਮਿੱਠਿਆ ਦੇਖ, ਤੁਸੀਂ ਦੇਖੋ ਨਾ, ਉਹ ਦੱਸ ਕੇ ਨਹੀਂ ਗਿਆ। ਕੌਣ ਜ਼ਿੰਮੇਦਾਰ ਹੈ ਉੱਥੇ, ਕੋਈ ਘਾਟਾ ਵਾਧਾ ਹੋ ਜਾਏ? ਉਹਨੇ ਕਹਿਣਾ ਤਾਇਆ ਦੱਸ
ਤੈਨੂੰ ਇਹਨੇ ਫੜਿਆ ਸੀ ਦੱਸ ਕਿੱਥੇ ਆ? ਉਹ ਬਰਫ਼ ਵਾਲੇ ਫੱਟੇ ਤੋਂ ਨਹੀਂ ਉੱਠ ਕੇ ਗਿਆ, ਥਾਣੇ ਉੱਠ ਕੇ ਤੇ ਟ੍ਰਾਂਸਫਰ ਹੋਇਆ ਵਾ। ਟ੍ਰਾਂਸਫਾਰਮਰ ਵੀ ਬਦਲਾ ਦਾਂਗੇ, ਉਹਦਾ ਵੀ ਰੌਲਾ ਕੋਈ ਨਹੀਂ। ਲੇਕਿਨ ਇਹ ਵੀ ਸ਼ਪੀਕ ਕਿੱਥੇ ਗਿਆ ਦੱਸ ਕੇ ਨਹੀਂ ਗਿਆ ਮੈਨੂੰ? ਸ਼ਪੀਕ ਤੇਰਾ ਮਤਲਬ ਕੀ? ਮਾਚਸ ਲੈ ਗਿਆ ਤੇਰੀ ਸ਼ਪੀਕ, ਤੇਰੀ ਜੁੱਤੀ ਪਾ ਗਿਆ ਤਾਇਆ, ਤੇ ਸ਼ਪੀਕ ਤੇਰਾ ਸਾਈਕਲ ਲੈ ਗਿਆ। ਉਹ ਪੁੱਤ ਹੀ ਆਪਣਾ ਵੀ ਮਲਕ ਸ਼ਪੀਕ ਚੌਧਰੀ ਅਹਿਮਦ। ਯਾਰ ਤਾਇਆ ਦਿਮਾਗ ਨਾ ਖਰਾਬ ਕਰੋ, ਅੱਗੇ ਗੁੱਸਾ ਚੜਿਆ, ਹੁਣ ਮੁੰਡਾ ਕਿੱਦਾਂ ਬਾਹਰ ਆਊਗਾ? ਤੁਸੀਂ ਐਂ ਕਰੋ, ਥਾਣੇ 'ਚ ਕੁੰਡੀ ਸਿੱਟੋ, ਜੇ ਕੁੰਡੀ ਨੂੰ ਮੂੰਹ ਪਾਇਆ ਉਹਨੂੰ ਬਾਹਰ ਖਿੱਚ ਲਿਓ। ਮੈਨੂੰ ਕੀ ਪਤਾ ਕਿੱਦਾਂ ਬਾਹਰ ਆਉਣਾ, ਤੇ ਨਾਲੇ ਰੌਲਾ ਕੀ ਆ? ਉਹ ਯਾਰ ਐਸ ਐਚ ਓ ਬੜਾ ਸਖਤ ਵਾ, ਕਹਿੰਦਾ ਤੇਰੇ ਬੱਚੇ ਨੂੰ ਤੁਹਾਡੇ ਭਰਾ ਨੂੰ ਨਹੀਂ ਛੱਡਣਾ ਸੀ। ਲੰਬਰ ਕੀ ਆ ਉਹਦਾ? ਐਚ ਐਸ ਓ ਦਾ ਲੰਬਰ ਦੱਸ। ਐਚ ਐਸ ਓ ਯਾਰ ਮੈਂ ਨਾ ਲੰਬਰ ਦੱਸ। 0391 0391 66 31 0391 66 31 9 ਓਏ ਮਿੱਠਿਆ, ਚਾਰ ਨੰਬਰ ਹੀ ਦੱਸੀ ਜਾਣਡਿਆ। 0391 96 63 64 65 ਓਏ ਮਿੱਠਿਆ, ਐਡਾ ਵੱਡਾ ਨੰਬਰ ਤਾਇਆ ਯੂਕੇ ਦਾ ਨੰਬਰ ਆ। ਤੇਰੇ ਦੁੱਖੋਂ ਸਾਰੇ ਭਰਾ ਬਾਹਰ ਚਲੇ ਗਏ ਆ, ਉੱਥੇ ਉਹਨਾਂ ਨੂੰ ਮਕਾਨ ਦਾ ਹਿੱਸਾ ਮਿਲਿਆ, ਰਲ ਮਿਲ ਕੇ ਸਾਰੇ ਭਰਾ ਨੇ ਪੈਸੇ ਪਾ ਕੇ ਆਪਣਾ ਥਾਣਾ ਪਾ ਲਿਆ ਉੱਥੇ। ਹਾਂ, ਉਹਦੇ ਚਾਚੇ ਦੇ ਪੁੱਤਰ ਵੀ ਲੜੇ, ਉਹਨਾਂ ਨੂੰ ਵੀ ਹਿੱਸਾ ਮਿਲਿਆ, ਉਹਨਾਂ ਸਾਹਮਣੇ ਪਾ ਲਿਆ। ਤੁਸੀਂ ਕਿਉਂ ਝੂਠ ਬੋਲਣ ਡੇ? ਤੁਸੀਂ ਸਾਨੂੰ ਕਿਤੇ ਪਾਗਲ ਸਮਝਦੇ? ਫਿਰ ਤਾਂ ਆ 15 ਸਾਲ ਪਹਿਲਾਂ ਸ਼ਫੀਕ ਉੱਥੇ ਸੀ, ਹੁਣ ਰੌਲਾ ਤੇ ਵੀ ਫੈਸਲ ਘੁੰਮਣ ਉੱਥੇ, ਉਹ ਬੰਦਾ ਛਡਾ ਤੂੰ। ਉਹ ਸ਼ਫੀਕ ਨਹੀਂ ਸੀ ਉੱਥੇ, ਸ਼ਫੀਕ ਸੀ। ਹੁਣ ਯਾਨੀ ਕਿ ਤੇਰੇ ਕਹਿਣ ਦਾ ਮਤਲਬ ਆ ਸ਼ਫੀਕ ਦੇ ਕੋਲੇ ਮੈਂ ਆਪਣਾ ਭਰਾ ਫੜਵਾਵਾਂ? ਮੈਂ ਕਹਾਂ ਜੀ ਸ਼ਫੀਕ ਨੂੰ ਮੇਰੇ ਭਰਾ ਨੂੰ ਫੜ ਲਾ, ਫਿਰ ਤਾਇਆ ਜ਼ਮਾਨਤ ਕਰਾਊਗਾ। ਯਾਨੀ ਕਿ ਚਾਬਾ ਚਾਬਾ ਮਿੱਠਾ, ਹੱਥ ਵੀ ਮਾਰ ਦੋ। ਕਿਹੋ ਜੀਆਂ ਤਾਇਆ ਤੂੰ ਗੱਲਾਂ ਲੰਮੀਆਂ ਤੋਰ ਪਿਆ, ਉਹ ਬੰਦੇ ਦਾ ਪਤਾ ਕਰ ਜੇ ਤੇਰਾ ਕੋਈ ਤਲਕ ਹੈ, ਨਹੀਂ ਤੇ ਫਿਰ ਦੱਸ। ਨਹੀਂ ਤਾਂ ਅਸੀਂ ਬਾਬਰ ਫਰੀਦੀ ਨੂੰ ਕਹਿ ਦਈਏ ਸਾਡਾ ਯਾਰ ਵਾ, ਅਸੀਂ ਤਰਲਾ ਪਾ ਲੈਂਦੇ ਉਹਦਾ। ਯਾਰ ਤਲਕ ਤਾਂ ਤੇਰੀ ਦੁਆ ਨਾਲ ਚਾਹੀਦੀ, ਮੇਰਾ ਵੀ ਬਿਲਕੁਲ ਨਹੀਂ ਹੈਗਾ। ਚਲੋ ਸ਼ੁਕਰ ਆ ਬੱਚੇ ਆ ਭਰਾਵਾ। ਮੈਂ ਦੱਸਣਾ ਮਿੱਠਾ, ਤੁਸੀਂ ਘਬਰਾਉਣਾ ਦੀ ਤਾਜ ਦੇ ਹੁੰਦੇ ਆ, ਮੁੰਡੇ ਨੂੰ ਹੱਥ ਲਾਊਗਾ, ਤੁਸੀਂ ਮੈਨੂੰ ਦੱਸਣਾ ਵੀ ਇਹਨੂੰ ਕਿਸੇ ਨੇ ਹੱਥ ਲਾਇਆ ਜੀ? ਅਗਲੇ ਹੱਥ ਲਾਉਂਦੇ ਨਹੀਂ, ਅਗਲੇ ਪਾਂਜਾ ਲਾਉਣ ਡਿਆ, ਨਾਲੇ ਤੂੰ ਤਾਂ ਚਾਹਵਾਂ ਦੇ ਪੈਸੇ ਗਣਾਈ ਆਉਂਦੇ ਆ। ਹਾਂ, ਨਾਲੇ ਉਹ ਭਲਾ ਕੀ ਕਹਿਣ ਡਿਆ, ਕਹਿੰਦਾ ਹੱਥ ਲਾਓ ਤੇ ਮੈਨੂੰ ਦੱਸੀ, ਬਸ ਦੱਸਣਾ ਹੀ ਆ ਵੀ ਹੱਥ ਲਾਇਆ। ਓਏ ਮਿੱਠਿਆ, ਨਹੀਂ ਐਵੇਂ, ਤੁਸੀਂ ਕੱਲ ਹੀ ਐਵੇਂ ਭਖਾ ਮਾਰਨ ਡਏ ਜੀ। ਮੈਂ ਹੁਣ ਫੋਨ ਕਰਦੇ ਆ, ਅੱਛਾ ਸੁਣ, ਉਹਦੀ ਐਸੀ ਦਿੱਤਾ ਹੀ ਇਹ ਫੋਨ ਚੁੱਕ ਜਾ ਤਾਂ ਲੱਗਿਆ ਮਿੱਠਿਆ ਸ਼ਹਿਰ 'ਚ ਬਣਾਇਆ। ਲੈ ਮੇਰਾ ਵੀਰ ਆਪਣਾ ਮੁੰਡਾ ਛਡਾ ਕੇ ਵਿਖਾਈ, ਉਹਨਾਂ ਨੇ ਫੜਿਆ ਨਾ ਤੇ ਅੱਧਾ ਕਹਿੰਦੇ ਹੱਥੀ ਫੜਵਾ ਕੇ ਆਉਣਾ ਹੀ। ਹੁਣ ਯਾਰ ਤਾਇਆ ਚਲਾ ਗਿਆ ਨਾ, ਹਲੇ ਮੇਰਾ ਭਰਾ ਹੈਗਾ ਫਰੰਟ ਵਾਲੀ ਜੇਲ੍ਹ 'ਚ, ਜੇ ਦੇ ਗਿਆ ਉਹਨੂੰ ਪਿਛਲੀ ਜੇਲ੍ਹ 'ਚ ਕਰ ਦੇਣਾ ਦੇਖੀ। ਤਾਂ ਭਰਾ ਤੇਰੇ ਨੂੰ ਅੱਗੇ ਪਾਂਜੇ ਲੱਗਣ ਡਿਆ ਨਾ, ਤੇਰੀ ਦੁਆ ਨਾਲ ਤਾਏ ਦੀ ਵਜ੍ਹਾ ਤੋਂ ਮੰਜੀ ਲੱਗਣੀ। ਉਹਦੇ ਪੂਰੇ ਮੰਜੀ ਉੱਤੇ ਬਿਸਤਰਾ ਪੂਰਾ ਲਾ ਕੇ ਦੇਣਗੇ, ਤਾਏ ਦਾ ਪੋਤਿਆ ਵੀ। ਮੇਰਾ ਭਰਾ ਆ ਗਿਆ ਥੜਾ ਵਾ, ਕੈਸੀ ਪੇਟੀਰ ਕੀ ਸ਼ਕਲ ਆ ਤਾਇਆ ਤੇਰੀ, ਕਿਉਂ ਸਾਨੂੰ ਤੂੰ ਗੁਮਰਾਹ ਕਰਨ ਆ? ਨਹੀਂ ਤੂੰ ਕਿਹੜੀ ਪਹਿਲੇ ਆ ਗੱਲ ਦਾ ਫੈਸਲਾ ਕਰ, ਕਿਹੜੀਆਂ ਮੈਂ ਤੇਰੀਆਂ ਚਾਵਾਂ ਪੀਤੀਆਂ, ਅੱਜ ਮੇਰਾ ਮੈਂ ਨਹੀਂ ਆ ਤੂੰ ਮਾਰਨੇ, ਮੇਰਾ ਕੋਈ ਨਹੀਂ ਤੇਰਾ ਘੁੱਟਣ ਨੂੰ ਦਿਲ ਕਰਦਾ। ਓਏ ਮਿੱਠਿਆ ਪੋਤਿਆ, ਤੂੰ ਕਾਹਤੋਂ ਗੁੱਸਾ ਕਰਨ ਡਿਆ? ਇਹ ਤਾਂ ਹੈ ਫਰੀਦਾ, ਸਮਝਾ ਇਹਨੂੰ। ਆਹ ਤੂੰ ਇਸ ਵਾਰੀ ਇਹਨੂੰ ਨਾ ਘੋਟੇ ਤਾਂ 500-700 ਘੁੱਟ ਜਾ। ਇਹਦੇ ਕੋਲ ਪੈਸੇ ਕਿੱਥੋਂ ਆ ਗਏ 500-700? ਜਦੋਂ ਦੀ ਇਹਨੇ ਅੱਖ ਖੋਲੀ ਦੁਨੀਆ 'ਤੇ ਪੈਰ ਰੱਖਿਆ, ਇਹਦੇ ਕੋਲ 500-700 ਇਕੱਠਾ ਨਹੀਂ ਹੋਇਆ। ਵਿਆਹ ਉਸ ਦੌਰ 'ਚ ਕੀਤਾ ਵਾ ਜਦੋਂ ਰੁਪਈਏ ਦੀ 100 ਪਾਥੀ ਮਿਲਦੀ ਹੁੰਦੀ ਸੀਗੀ, 200 ਰੁਪਈਏ ਦਾ 8 ਕਿਲੋ ਆ ਜਾਂਦਾ ਸੀਗਾ। ਆਹ 1.5 ਰੁਪਈਏ ਦਾ ਕੱਟਾ ਵੀ ਆ ਜਾਂਦਾ ਸੀ, 2.5 ਰੁਪਈਏ ਦਾ ਮਕਾਨ। ਓਏ ਮਿੱਠਿਆ, ਤੁਸੀਂ ਪੁਰਾਣੇ ਦਾ ਨਹੀਂ ਵੇਖੇ, ਨਾਲੇ ਮਿੱਠਿਆ ਪੈਸੇ ਕੱਲ ਹੀ ਜੋੜਨੇ ਫਰੀਦਾ। ਦੁਨੀਆ ਪੈਸੇ ਜੋੜਨ ਦੇ ਪਾਸੇ ਲੱਗੀ ਆ, ਪਲ ਦੀ ਖਬਰ ਨਹੀਂ ਮਿੱਠਿਆ। ਤੂੰ ਉਹ ਨਾ ਜੋੜ ਪਾਟੇ ਨਾ ਜੋੜ ਜਿਹੜੇ ਪੈਸੇ ਵੈਸੇ ਜੋੜ ਕਮਾ ਕੇ। ਓਏ ਉਹ ਵੀ ਅਸੀਂ ਬਾਈ ਬੀਜੀ ਕਰਦੇ ਹਾਂ, ਨਾਲੇ ਪੈਸੇ ਤੂੰ ਆਪਣੇ ਕੋਲ ਨਾ ਜੋੜ, ਮੇਰੇ ਕੋਲ ਜੋੜੀ ਜਾ, ਦੇਖੀ ਤੈਨੂੰ ਪਤਾ ਲੱਗਦਾ ਪੈਸੇ ਦੀ ਕਦਰ ਦਾ। ਤੂੰ ਦਿਨ ਰਾਤ ਮੇਰੇ ਗੇੜੇ ਲਾਇਆ ਕਰੇ ਘਰ ਦੇ। ਉਹ ਮਿੱਠਿਆ ਲਾ ਦੇ, ਦੋ ਹੱਥ ਪੋਲਾ ਕਰ ਦੇ ਕਿਤੇ। ਹੱਦ ਸਹੀ ਹੈ ਤਾਇਆ, ਫੁੱਲ ਜਾਂਦੀ ਜਗ੍ਹਾ ਵੀ ਤੂੰ ਤਾਇਆ ਦੇ ਕੋਲ, ਉਹਦੇ ਕੋਲ ਮਿੱਠੋ ਕੋ ਘਟਾਈ ਜਾਣਦੇ ਆ। ਇਹਨੂੰ ਇੱਦਾਂ ਹੀ ਘੁੱਟਿਆ ਕਰਨਾ ਹੁਣ ਆਪਾਂ ਇੱਦਾਂ ਹੀ ਪਿੱਛਿਆ। ਹਾਂ ਪੋਤੋ, ਮੇਰੇ ਅੱਡੀ 'ਤੇ ਤੂੰ ਫੁਲਕਾ ਜਿਹਾ ਬਣਾਤਾ ਹੀ। ਕੋਈ ਨਹੀਂ, ਘੁੰਗਰੂ ਬਨਬਰ ਬਣਿਆ ਹੀ, ਨਾਲੇ ਅੱਡੀ 'ਤੇ ਇੱਥੇ ਸੋਹਣਾ ਨਾ ਚਿੱਪਰ ਬਣਵਾ ਲਿਆ ਇੱਕ ਜਿਹੜੀ, ਕਿਉਂਕਿ ਅੱਡੀ ਵੱਜਦੀ ਰਹਿਣੀ, ਇੱਦਾਂ ਤੇਰੀ ਐਕਸਰਸਾਈਜ਼ ਰਹੂ। ਅੱਡੀ ਕੈਸੀ, ਅੱਲਾ ਮਾਫੀ, ਅੱਡੀ 'ਤੇ ਚੈੱਕ ਕਰ, ਸ਼ਕਰ ਗੰਦੀ ਰਹੀ ਅੱਡੀ ਹੈ। ਤਾਇਆ ਪੁਰਾਣੇ ਵਕਤ 'ਚ ਨਾ ਜਿਹੜੀਆਂ ਲੋਕ ਗੱਲਾਂ ਸੁਣਾਉਂਦੇ ਨਾ ਜੀ, ਅਸੀਂ ਬੜੇ ਸੁਖੀ ਸਾਂ, ਸਿਹਤਾਂ ਸੀ, ਇਹ ਕੁਛ ਵੀ ਨਹੀਂ, ਆਹ ਹੁਣ ਦੇ ਦੌਰ ਦੀਆਂ ਸਿਹਤਾਂ ਨੇ। ਓਏ ਨਹੀਂ, ਉਹ ਫਰੀਦਾ ਤੂੰ ਨਹੀਂ ਵੇਖੀ ਸਾਡੀ ਜਵਾਨੀ ਕਿੱਥੇ? ਭਾਜੀ ਬੱਗਾ ਭਾਨ ਹੁੰਦਾ ਸੀ ਸਾਡੇ ਪਿੰਡ, ਉਹਨੇ ਚਪੇੜਾਂ ਮਾਰੀਆਂ ਸੀ ਤਾਏ ਨੂੰ। ਨਹੀਂ ਉਹ ਚਪੇੜਾਂ ਮਾਰੀਆਂ, ਉਹ ਸੂਏ ਮਾਰ ਕੇ ਦੌੜਿਆ ਸੀ। ਓਏ ਤੁਸੀਂ ਗੱਲ ਸੁਣੋ, ਪਹਿਲੇ ਅਸੀਂ ਸੀ ਦੋਵੇਂ ਲੰਗੋਟੀ ਯਾਰ, ਬੱਗਾ ਭਾਨ। ਹਾਂ ਬੱਗਾ ਭਾਨ, ਮੈਂ ਨਾ 6 ਫੁੱਟ 7 ਫੁੱਟ 8 ਫੁੱਟ ਕੱਦ ਉਹਦਾ। ਉਹ ਬੱਗਾ ਭਾਨ ਸੀ, ਮੇਰਾ ਤਾਇਆ ਭੁੱਖਾ ਭਾਨ ਸੀ। ਉਹ ਮੈਂ ਬਹੁਤ ਮਿੱਠਿਆ ਭੁਆਨਾ ਨੂੰ ਢਾਇਆ ਹੀ। ਅੱਛਾ ਤੇ ਉਹਦਾ ਕੱਦ ਕਿੰਨਾ ਦੱਸਿਆ? 6 ਫੁੱਟ 7 ਫੁੱਟ 8 ਫੁੱਟ। ਤੇ ਜੇ ਘਰ ਕਿਤੇ ਆ ਜਾਵੇ ਤੇ ਤੂੰ ਪੁੱਛਦਾ ਹੋਣਾ ਵੀ ਯਾਰ ਤੈਨੂੰ ਚਾਹ ਇੱਥੇ ਫੜਾਵਾ ਜਾਂ ਉੱਤੇ ਪਹੁੰਚਾ ਦਿਆਂ? ਉਹ ਨਹੀਂ, ਉਹ ਫਰੀਦਾ ਜਦੋਂ ਆਉਂਦਾ ਸੀ ਉਹਨੇ ਮੈਨੂੰ ਕਹਿਣਾ ਤਾਇਆ ਮੈਂ ਆ ਰਿਹਾ ਤੇਰੇ ਵੱਲ। ਉਹਨੇ ਵੀ ਕਹਿਣਾ ਤਾਇਆ? ਉਹ ਬੇਲੀ ਸੀ ਨਾ, ਉਹਨੂੰ ਪਤਾ ਸੀ ਵੀ ਮੈਂ ਤਾਇਆ ਵਾਂ। ਤੇਰੀ ਜੰਮਣ ਪਰਚੀ 'ਚ ਤਾਇਆ ਦੀਨ ਤੇ ਨਹੀਂ ਲਿਖਿਆ ਕਿਤੇ?
ਉਹ ਤੁਸੀਂ ਗੱਲ ਸੁਣੋ, ਮੈਂ ਬਹਿਣਾ ਛੱਤ ਤੇ ਪਿਆਲੇ ਲੱਸੀ ਪਾਣੀ ਲਾ ਕੇ ਸਵੀਲ ਲਾਉਂਦੇ ਸੀ ਛੱਤ ਤੇ। ਓਏ ਉਹਦਾ ਕੱਢ ਸੀ ਨਾ 6 ਫੁੱਟ 7 ਫੁੱਟ 8 ਫੁੱਟ। ਨਹੀਂ ਤਾਇਆ 6 ਫੁੱਟ 7 ਫੁੱਟ 8 ਫੁੱਟ ਭਲਵਾਨ ਦੇ ਪੌਦੇ ਬਣੇ ਹੋਏ ਸੀਗੇ, 6 ਫੁੱਟ 7 ਫੁੱਟ 8 ਫੁੱਟ ਇੱਕ ਕਦ ਹੁੰਦਾ ਵਾ। ਮਿੱਠਿਆ ਤੂੰ ਨਹੀਂ ਸਮਝਦੇ, ਤੂੰ ਹੀ ਨਹੀਂ ਸਮਝਦੇ। ਓਕੇ ਤਾਇਆ ਤੂੰ ਨੈਲਸਨ ਮੰਡੇਲਾ ਵੀ ਤੂੰ ਇਕੱਲਾ ਹੀ ਸਮਝਦਾ। ਓਏ ਜਦੋਂ ਪੈਰਾ ਭਾਰ ਬਹਿੰਦਾ ਸੀ ਉਦੋਂ 6 ਫੁੱਟ ਹੁੰਦਾ ਸੀ, ਜਦੋਂ ਨਲਕਾ ਗਿੜਦਾ ਸੀ ਉਦੋਂ 7 ਫੁੱਟ ਹੁੰਦਾ ਸੀ, ਜਦੋਂ ਤਿਆਰ ਹੁੰਦਾ ਸੀ ਕੱਪੜੇ ਪਾ ਕੇ ਚੌਂਕ 'ਚ ਆਉਂਦਾ ਸੀ ਉਦੋਂ 8 ਫੁੱਟ ਹੁੰਦਾ ਸੀ, 6 7 8। ਉਹ ਗੱਲ ਸਮਝੀ ਨਹੀਂ ਹੁੰਦੀ ਯਾਰ। ਮੈਂ ਹਿਸਾਬ ਲਾਇਆ ਤਾਇਆ ਗੱਲ ਪੂਰੀ ਕਰ ਦਿੰਦਾ ਵਾ, ਅਤੇ ਉਹ ਹੈ ਵੀ ਉਸ ਦੌਰ ਦਾ ਵਾ ਜਿਸ ਦੌਰ ਦੇ ਵਿੱਚ ਨਾ ਅੱਲਾ ਮਾਫੀ ਦੇਵੇ ਕੁਲਫੀ ਵੀ ਨਹੀਂ ਸੀ ਹੁੰਦੀ, ਸਿਰਫ ਲੋਕ ਬਰਫ਼ ਚੱਟ ਕੇ ਮਜ਼ਾ ਲੈਂਦੇ ਸੀਗੇ ਉਸ ਦੌਰ ਦਾ ਵਾ। ਓਏ ਮਿੱਠਿਆ ਤੁਸੀਂ ਖਾਧੀਆਂ ਖੁਰਾਕਾਂ, ਆਹੋ ਤੁਸੀਂ ਕਿਤੇ ਸਾਡੇ ਦੌਰ 'ਚ ਤੁਸੀਂ ਖੁਰਾਕਾਂ ਖਾਧੀਆਂ ਹੁੰਦੀਆਂ, ਹੁਣ ਤੇ ਵਿਆਹਾਂ 'ਤੇ ਕਸਟਮ ਚਲਾਉਂਦੇ ਜੀ, ਕਸਟਮ ਦੀ ਦੇਗ ਪਕਾ ਦਿਓ। ਓ ਯਾਰ ਕਸਟਰਡ ਦੀ ਦੇਗ, ਕਸਟਰਡ 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 ਕਸਟਮ ਕੀ ਹੁੰਦਾ ਵਾ? ਉਹੀ ਕਸਟਮ ਦੀ ਦੇਗ, ਕਸਟਰਡ ਦੀ ਦੇਗ। ਅਸੀਂ ਮਿੱਠਿਆ ਫਰੀਦਾ ਗੁਜਰੇਲੇ, ਮੈਂ ਆਹਨਾਂ ਦੁੱਧ ਜਲੇਬੀਆਂ ਲੱਡੂ ਬਣਾਉਣੇ ਚੌਥੀ ਮੂਰ ਦੇ। ਫਿਰ ਤੁਸੀਂ ਜੁੱਧ ਜਲੇਬੀਆਂ ਵੀ ਪੀਤੀਆਂ ਖਾਧੀਆਂ ਹੋਣੀਆਂ। ਸਹੀ ਦੱਸੀ, ਸ਼ਾਲੂ ਓਲੇ ਖਾਧੇ ਸੀ ਉਸ ਦੌਰ 'ਚ। ਓਏ ਮਿੱਠਿਆ ਆਲੂ ਛੋਲੇ ਹੁੰਦਾ, ਸ਼ਾਲੂ ਓਲੇ ਕਿਹੜੇ? ਪਰ ਤੁਸੀਂ ਕਿੱਦਾਂ, ਤੁਸੀਂ ਮੈਨੂੰ ਪਾਗਲ ਬਣਾਉਣਾ ਹੈ ਜੇ। ਮੈਂ ਤੇ ਫਿਰ ਚਾਚਾ ਤੂੰ ਵੀ ਤਾਂ ਸਹੀ ਤਾਇਆ ਗੱਲ ਕਰਨਾ। ਅੱਛਾ ਗੱਲ ਸੁਣੋ ਫਿਰ, ਮੈਂ ਨਾ ਵਲੀਮੇ ਵਾਲੇ ਦਿਨ ਮਿੱਠਿਆ ਸੀ ਕੱਟਾ ਢਾਉਣਾ। ਹੈਂ? ਓਏ ਕੱਟਾ ਕਰਨਾ। ਅੱਛਾ ਕਰਨਾ, ਮੈਂ ਕਿਹਾ ਕੱਟੇ ਨਾ ਮੁਕਾਬਲਾ ਤਾਇਆ ਦਾ, ਕੱਟੇ ਨਾ ਤਾਂ ਖੇਲ ਲਾ। ਓ ਨਹੀਂ ਓ ਮਿੱਠਿਆ, ਮੈਂ ਉਹਨੂੰ ਆਖਣਾ ਵੀ ਚੱਲ ਦੇ ਦਾ ਕੀਮਾ ਕਰ ਦੇ ਤੇ ਦਾ ਗੋਸ਼ਤ ਬਣਾ ਦੇ ਜਿੰਦਾ ਦਾ ਜੀ, ਬਾਕੀਆਂ ਦੇ ਲੱਡੂ ਬਣਾ ਦੇ ਹਨਾ। ਓ ਯਾਰ ਤੁਸੀਂ ਕਿੱਧਰ ਤੁਰ ਪਏ ਜੇ, ਕੋਈ ਗੱਲ ਸੁਣੀ ਤਾਂ ਹੁੰਦੀ, ਤੁਸੀਂ ਸਿਆਣੇ ਬੰਦੇ। ਅੱਜ ਵੀ ਤਾਇਆ ਇਕੱਠੇ ਕਰਦੇ ਲੋਕ, ਸਾਨੂੰ ਉਹ ਗੱਲ ਦੱਸ ਜਿਹੜੀ ਅਜੂਬਾ ਹੋਵੇ, ਅਜੂਬਾ ਪਿਆਰ ਪੁਰਾਣੇ ਵਿਆਹਾਂ ਸ਼ਾਦੀਆਂ ਤੇ ਦੱਸ ਸਾਨੂੰ ਕੀ ਹੁੰਦਾ ਸੀ, ਅੱਜ ਕੀ ਫਰਕ ਆ? ਮਿੱਠਿਆ ਫਰਕ ਹੀ ਫਰਕ ਆ, ਮਿੱਠਿਆ ਨੂੰ ਦੱਸ ਉਦੋਂ ਸੋਹਣਾ ਲਾੜਾ ਤਿਆਰ ਹੋਇਆ ਜੀ, ਗਲ 'ਚ ਹਾਰ ਪਾ ਕੇ ਸਿਹਰਾ ਲਾ ਕੇ ਲਾੜਾ ਯਾਰ ਡਿੰਡਕ ਢਿੰਡੀ ਡਿੰਡਕ ਢਿੰਡੀ 50 ਰੁਪਈਆਂ ਤਾਂ ਹੋਰ ਕਰੀਦਾ। ਉਹ ਚੁੱਪ ਕਰਿਓ ਮਿੱਠਿਆ, ਹੁਣ ਮੋਗੇ ਰਿਵਾਜ ਤੂੰ ਤਾਂ ਬੜੇ ਸੋਹਣੇ ਚੰਗੇ ਵਕਤ ਹੁੰਦੇ ਸੀਗੇ, ਸਿਹਰਾ ਲਾਇਆ ਹੋਣਾ, ਲਾੜੇ ਨੇ ਸਿਰ ਦੇ ਥੱਲੋਂ ਸਿਗਰ ਲਾਇਆ ਹੋਣਾ। ਚੰਗੇ ਤਾਂ ਅਸੀਂ ਫਰੀਦਾ ਕਿ ਲਾੜਾ ਆਪ ਹੀ ਬੰਬ ਚਲਾਉਣ ਡਿਆ ਸੀ ਸੇਬੇ ਵਾਲੇ, ਹੁਣ ਮਿੱਠਿਆ ਫਾਇਰਿੰਗਾਂ ਕਰਦੇ ਕਿੰਨੇ ਕਿੰਨੇ ਨੁਕਸਾਨ ਹੁੰਦੇ। ਵੀ ਸਿਹਰਾ ਲਾਇਆ ਹੋਣਾ ਤੇ ਐਂ ਕਰਕੇ ਦੇਖ ਕੇ ਨਾ, ਇੰਝ ਕਰਕੇ ਸਿਹਰਾ ਚੁੱਕ ਕੇ ਥੱਲੋਂ ਇਹਨੂੰ ਸਵਾਰ ਰੱਖ ਲੈਣੀ ਲਾੜੇ ਨੂੰ, ਸਿਹਰੇ ਦੇ ਬੜੇ ਫਾਇਦੇ ਹੁੰਦੇ ਸੀਗੇ। ਔਰ ਸਿਹਰਾ ਲੱਗੇ ਦੇ ਵਿੱਚ ਪਤਾ ਨਹੀਂ ਲੱਗਣਾ ਲਾੜਾ ਖੰਡਾ ਕਿ ਨਹੀਂ, ਤੇ ਉਦੋਂ ਅੱਲਾ ਮਾਫੀ ਦੇ ਬਾਅਦ ਲੜੀਆਂ ਦਾ ਡੈਕੋਰੇਸ਼ਨ ਦਾ ਸਮਾਨ ਨਹੀਂ ਸੀ ਹੁੰਦਾ, ਪੱਠਿਆਂ ਦਾ ਸਿਹਰਾ ਬਣਾਇਆ ਹੁੰਦਾ ਸੀ। ਸਹੀ ਗੱਲ, ਉਹ ਕਿਉਂ ਹੁਸ਼ਤਾਂ ਕਰਨ ਡੇ, ਪੱਠਿਆਂ ਦਾ ਕਿਹੜਾ ਸਿਹਰਾ ਹੁੰਦਾ ਜੀ? ਅਤੇ ਹੋਰ ਤਾਂ ਆਇਆ ਚਿਖਾਂ ਲਾਉਂਦੇ ਹੁੰਦੇ ਸੀ ਪਹਿਲੋਂ ਸਿਹਰੇ ਦੀ ਜਗ੍ਹਾ। ਯਾਰ ਅੱਲਾ ਮਾਫੀ ਦੇਵੇ, ਮੈਨੂੰ ਇੰਨਾ ਵੀ ਪਤਾ ਲੱਗਾ ਪਹਿਲੇ ਦੌਰ ਦੇ ਵਿੱਚ ਸਿਹਰਾ ਵੀ ਸੁੱਟਿਆ ਹੁੰਦਾ ਸੀ ਅਤੇ ਥੱਲੋਂ ਲਾੜਾ ਮਸਵਾਕ ਵੀ ਕਰਦਾ ਹੁੰਦਾ ਸੀ ਇਹਨੇ ਕਹਾਂ। ਪਰ ਤੁਸੀਂ ਉਹ ਦੌਰ ਵੇਖੇ ਹੁੰਦੇ, ਤੁਹਾਨੂੰ ਪਤਾ ਤੁਹਾਡੇ 'ਚ ਕਿਉਂ ਨਹੀਂ ਜਾਨਾਂ ਰਹੀਆਂ? ਤਾਂ ਇਹ ਸਾਡੇ 'ਚ ਬਹੁਤ ਜਾਨਾਂ ਵਾ। ਮਾਰ ਫੇ ਦੋ ਹੱਥ ਵਾਲੇ, ਆਹੋ ਕਹਿ ਕੇ ਬੇਟੇ ਫਸਣਾ। ਤਾਇਆ ਮੈਂ ਤੈਨੂੰ ਸੱਚੀ ਗੱਲ ਦੱਸਾਂ, ਅੱਜ ਕੱਲ੍ਹ ਅਸੀਂ ਗੱਡੀਆਂ ਕਾਰਾਂ ਤੇ ਜਨਾਬ ਵੇਖਣਾ, ਪਛਾਦੀ ਹਾਲਾਂ ਦੇ ਵਿੱਚ ਵਿਆਹ ਹੋਣੇ, ਇੰਜ ਕਰਕੇ ਸ਼ਪਗਲ 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 ਕਾਪੀਆਂ ਵੱਜ ਰਹੀਆਂ, ਨਾਲ ਗਾਣੇ ਡੈਂ 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 ਡੈਂ। ਉਹ ਯਾਰ ਇੱਕ ਮਿੰਟ ਠਹਿਰ ਜਾ, ਫੌਰਨ ਤੂੰ ਡਾਂਸਰ ਟਾਈਪ ਨਾਲ ਵਿੱਚੋਂ ਨਿਕਲ ਆਇਆ ਕਰ। ਤਾਇਆ ਉਹ ਜ਼ਮਾਨਾ ਸੀ, ਉਹ ਟਾਂਗਿਆਂ ਤੇ ਜੰਜਾਂ ਜਾਣ ਡੀਆਂ ਨੇ, ਫੁੱਲੀਆਂ ਦੇ ਵਿਆਹ ਹੋਣ ਡਿਆ, ਮਰੋ ਕੈਸੇ ਵਿਆਹ ਸਨ ਯਾਰ। ਹਫ਼ਤਾ ਹਫ਼ਤਾ ਬਰਾਤ ਟੁਰੀ ਰਹਿੰਦੀ ਸੀ, ਬਰਾਤ ਟੁਰੀ ਰਹਿੰਦੀ, 100 ਬੰਦੇ ਨੇ ਜਾਣਾ ਤੇ ਜਦੋਂ ਬਰਾਤ ਨੇ ਪਹੁੰਚਣਾ ਤੇ ਬੰਦੇ ਸਾਰੇ 10 ਰਹਿ ਜਾਣੇ। ਹਾਂਜੀ, ਕਿਸੇ ਨੂੰ ਸ਼ੇਰ ਲੈ ਗਿਆ, ਕਿਸੇ ਨੂੰ ਡਾਕੂ ਫੜਕ ਲੈ ਗਿਆ, ਕੋਈ ਪਿੱਛੇ ਰਹਿ ਗਿਆ, ਕੋਈ ਡਿੱਗ ਗਿਆ, ਏਦਾਂ ਹੁੰਦਾ ਸੀ। ਤੇ ਹਫ਼ਤਾ ਹਫ਼ਤਾ ਬਰਾਤਾਂ ਜਾਣੀਆਂ, ਬਰਾਤ ਲੱਗਣੀ ਨਾ, ਏਦਾਂ ਲੱਗਣਾ ਕਿਤੇ ਕਾਫਲਾ ਲੁੱਟਿਆ ਹੋਇਆ ਹੁੰਦੇ ਆ। ਨਹੀਂ ਇਹ ਤੁਸੀਂ ਬਰਾਤਾਂ ਵੀ ਸ਼ੇਰ ਖਾ ਕੇ ਕਿਤੇ ਅਫਰੀਕਾ ਦੇ ਜੰਗਲਾਂ 'ਚ ਵਿਆਹਣ ਜਾਂਦੇ ਰਹੇ? ਏਦਾਂ ਹੀ ਹੁੰਦੀ ਸੀ ਉਦੋਂ, ਨਾ ਕੋਈ ਬੱਸਾਂ ਨਾ ਕਾਰਾਂ ਨਾ ਆਬਾਦੀ ਹੋਣੀ, ਹੈਂ ਲਾੜਾ ਇਕੱਲੇ ਹੀ ਪਹੁੰਚਦਾ ਸੀਗਾ, ਲਾੜੇ ਸਾਈਕਲ। ਅੱਛਾ VIP ਕੰਮ, ਲਾੜਾ ਸਾਈਕਲ ਤੇ ਆਪ ਸਾਰੇ ਪੈਦਲ। ਹੁਣ ਤੇ ਆਪਣੇ ਹੈਗਾ ਨਾ ਵਿਆਹਾਂ ਤੇ, ਅਸੀਂ ਮਹਿਕ ਮਲਕ ਨੂੰ ਬੁਲਾ ਲਿਆ, ਨਰਗਿਸ ਨੂੰ ਬੁਲਾ ਲਿਆ, ਚਾਹ ਤੁਸੀਂ ਬੁਲਾਉਂਦੇ ਭਾਈ, ਅਸੀਂ ਨਹੀਂ ਬੁਲਾਉਂਦੇ। ਤੁਹਾਡੇ ਨਾਲ ਨਹੀਂ ਬੋਲਦੀ ਹੋਣੀ, ਸਾਡੇ ਕੋਲ ਮਾਲ ਆ, ਮਾਲ ਦਿਓ, ਪੈਸਾ ਫੇਕ, ਤਮਾਸ਼ਾ ਦੇਖ, ਮੁਜਰਾ ਦੇਖ। ਤੇ ਹੁਣ ਤਾਏ ਹੁਣੀ ਭਲਾ ਕੀ ਕਰਦਾ ਸੀਗਾ, ਇੱਕ ਸਿਆਣੀ ਜੀ ਮਾਈ ਹੁੰਦੀ ਸੀਗੀ, 10 ਔਰਤਾਂ ਇਕੱਠੀਆਂ ਕਰਕੇ ਬਰਾਤ ਦੇ ਪਿੱਛੇ, ਭੂਆ ਹੀ ਮੇਰਾ ਮਨ ਬੱਤਿਆ ਬੇ ਸਾ ਗਿਆ, ਬੇ ਆ ਕੇ ਬੇ ਦੇ ਕੇ ਬੇ ਚੱਲੇ ਬੇ, ਏਦਾਂ ਕਰਦੇ ਸੀ। ਉਹ ਫਰੀਦਾ ਦੌਰ ਚੰਗਾ ਸੀ, ਪਰ ਤੁਸੀਂ ਪੈ ਗਏ ਜੇ ਪੁੱਠੇ ਕੰਮਾਂ 'ਚ। ਉਹਨੂੰ ਬੁਲਾ ਲਓ 2 ਲੱਖ ਦੇ ਕੇ, ਉਹਨੂੰ ਬੁਲਾ ਲਓ। ਸਾਡੇ ਦੌਰ ਦੇਸੀ ਸੀ, ਵੀ ਘਰ ਹੀ ਰਲ ਮਿਲ ਕੇ ਖੁਸ਼ੀਆਂ ਕਰਨੀਆਂ। ਤੁਸੀਂ 5-5 ਲੱਖ ਰੁਪਈਆ ਨਜਾਇਜ਼ ਦੇ ਦਿੰਦੇ ਜੇ, ਉਹਦੇ ਨਾਲ ਤੁਸੀਂ ਕੋਈ ਚੰਗਾ ਕੰਮ ਕਿਉਂ ਨਹੀਂ ਕਰਦੇ? ਇਸ ਗੱਲੋਂ ਮੈਂ ਵਾਕਈ ਤੇਰੇ ਨਾਲ ਹਾਂ। ਆ ਜਿਹੜਾ ਵੇਖਣਾ ਵੀ ਇੰਨਾ ਪੈਸਾ ਸੀ ਜਿਹੜਾ ਵਾ, ਆ ਕੰਜਰ ਖਾਨਿਆਂ 'ਤੇ ਸੁੱਟ ਦਿੰਦੇ ਯਾਰ, ਕਿਸੇ ਗਰੀਬ ਮਾੜੇ ਬੰਦੇ ਦੇ ਘਰ ਪਹੁੰਚਾਇਆ ਵਾ, ਘਰ ਦੇ ਵਿੱਚ ਉਹਦਾ ਚੁੱਲ੍ਹਾ ਚੱਲ ਪਵੇ,
मेरी सुन लो मिठिया जे तो जिंदगी गुजारनी चाहते सुकून वाली नहीं मैं नहीं चाहता वो तू मेरी गल सुनी दी हुंदी आ मैं ना ये जिंदगी सुकून चाहते हो पुराने दौर नू तुसी गौर करो अच्छा मैं कहा मोल्टीफॉर्म दा कहेगा ओ मिठिया पुराने दौर ते गौर कर लो मैं ना तारी जिंदगी शुद्ध हो जूगी ओही तरीके अपना लो यानी कि पुराने आउण ते गंडेरियां रख दिए है ओ यार गंडेरियां नहीं कम से कम यार उन्हां दे हिसाब नाल तुसी अपना गुड़ रख दो वो यार ताड़े दौर से बिस्कुट भी एडा सख्त चल रहा बिस्कुट खादा गया ठीक है नहीं तो उन्हें कपड़े धो लो माफ़ी दे दी होंगी यार फरीद बादशाह असं उस दौर ना नहीं रह सकते असं है कि आज की जनरेशन देखना ताया नाले बिल्डिंगा बन गई प्लाजे बन गए हैं जदीद दौर ऑफिस अच्छी सड़क अच्छे निजाम तेरे अर्गे बहुत सारे खुदकुशियां कर बिल्डिंगा तो हट जा मिठिया बेटे तेरे अर्गे तुक्कल लुटन वास्ते ना सिर्फ तुक्कल लुटन वास्ते 100-150 बंदे को छित्र खा लेंगे तेरे अर्गे भी बेटे सिर्फ झंडा लाने लिये टावर से चढ़ते तो उत्तों इंज करके लिफ्ट के थले आते तेरे अर्गे बंदे सिर्फ अपनी गंदी जुबान की वजह से ना चार चपेड़ा वध खा लेंगे लड़ाई असीं नवें दौर च रहांगे ओए हया कर कैसी तू अजीब गल की ताया जे सच पुछे ना ਉਹਨਾਂ ਗੱਡਿਆਂ ਤੇ ਉਹਨਾਂ ਰੇੜੀਆਂ ਤੇ ਉਹਨਾਂ ਟਾਂਗਿਆਂ ਤੇ ਸਫ਼ਰ ਕਰਨ ਵਾਲੇ ਲੋਕ ਕਿੱਡੇ ਸੱਚੇ ਔਰ ਸਾਫ਼ ਹੁੰਦੇ ਸਨ ਕੱਚਿਆਂ ਰਾਹਾਂ ਤੇ ਐਡੇ ਪੱਕੇ ਤੇ ਵੱਡੇ ਦਿਲਾਂ ਦੇ ਲੋਕ ਫਿਰਦੇ ਹੁੰਦੇ ਸਨ ਅੱਜ ਯਾਰ ਅਸੀਂ ਵੇਖ ਲਓ ਪੱਕੀਆਂ ਸੜਕਾਂ ਤੇ ਐਡੇ ਕੱਚੇ ਇਮਾਨ ਤੇ ਆਪਣੇ ਇਰਾਦੇ ਲੈ ਕੇ ਟੁਰੇ ਫਿਰਨੇ ਤਾਂ ਅੱਜ ਸੱਚ ਪੁੱਛੇ ਨਾ ਤੇ ਕੱਖ ਨਹੀਂ ਉਹ ਪੁਰਾਣਾ ਦੌਰ ਓ ਯੈਸ ਫਰੀਦ ਸ਼ਹਿਜ਼ਾਦਾ ਲੱਗਾ ਚਲੋ ਭੱਜੋ ਇੱਥੋਂ